ਵੱਡਾ ਫੈਸਲਾ ਕਵਾਂਗੇ ਕਿ ਅੱਜ ਕਿਸਾਨ ਆਗੂਆਂ ਨੇ ਲੈ ਲਿਆ ਔਰ ਜਿਹੜਾ ਅੰਦੋਲਨ ਕਰਦਿਆਂ ਚੰਡੀਗੜ੍ਹ ਪਹੁੰਚੇ ਸੀ ਇੱਕ ਵੱਡਾ ਅੰਦੋਲਨ ਕਹਿ ਦਿਆਂਗੇ ਸ਼ੁਰੂ ਕੀਤਾ ਸੀ। ਡੇਢ ਦਹਾਕੇ ਬਾਅਦ ਚੰਡੀਗੜ੍ਹ ਦੇ ਵਿੱਚ ਕੋਈ ਧਰਨਾ ਲੱਗਿਆ ਕਿਸਾਨਾਂ ਦਾ, ਡੇਢ ਦਹਾਕੇ ਬਾਅਦ ਕਿਸਾਨ ਮਟਕਾ ਚੌਂਕ ਤੱਕ ਪ੍ਰਦਰਸ਼ਨ ਕਰਕੇ ਆਏ, ਤਾਂ ਕਿਤੇ ਨਾ ਕਿਤੇ ਅੱਜ ਜਿਹੜੀ ਹੁਣ ਕਿਸਾਨਾਂ ਦੀ ਮੀਟਿੰਗ ਹੋਈ ਆ ਉਸ ਦੇ ਵਿੱਚ ਕਿਸਾਨ ਕੁਝ ਸੰਤੁਸ਼ਟ ਨਜ਼ਰ ਆਏ ਨੇ ਕਿ ਜਿਹੜਾ ਮਨੋਰਥ ਲੈ ਕੇ ਆਏ ਸੀ ਉਸ ਮਨੋਰਥ ਨੂੰ ਪੂਰਾ ਹੁੰਦਿਆਂ ਦੇਖ ਰਹੇ ਆ। ਸਾਡੇ ਨਾਲ ਜੋਗਿੰਦਰ ਸਿੰਘ ਉਗਰਾਹਾਂ ਨੇ, ਜੋਗਿੰਦਰ ਸਿੰਘ ਉਗਰਾਹਾਂ ਹੁਣੀ ਇਸ ਪੂਰੇ ਸੰਘਰਸ਼ ਦੀ ਅਗਵਾਈ ਕਰ ਰਹੇ ਨੇ, ਉਗਰਾਹਾਂ ਜਥੇਬੰਦੀ ਦੇ ਪ੍ਰਧਾਨ। ਉਗਰਾਹਾਂ ਸਾਹਿਬ, ਕਿਵੇਂ ਸਮਝੀਏ ਕੱਲ ਮੀਟਿੰਗ ਹੋਈ, ਪਹਿਲਾਂ ਤੁਸੀਂ ਇੱਥੇ ਅੰਦੋਲਨ ਲੈ ਕੇ ਆਏ, ਜਦੋਂ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਆਸ ਕਰਦੇ ਸੀ ਕਿ ਕੱਲ ਜਿਹੜੀ ਮੀਟਿੰਗ ਹੋਈ ਹੈ ਇਸ ਤਰ੍ਹਾਂ ਦੀ ਮੀਟਿੰਗ ਹੋਏਗੀ ਔਰ ਇੱਕ ਚੰਗੇ ਪਾਸੇ ਵੱਲ ਚਰਚਾ ਵਧੇਗੀ? ਦੇਖੋ, ਇਹ ਜਿਹੜਾ ਕਿਸਾਨ ਮਜ਼ਦੂਰ ਵਾਤਾਵਰਨ ਪੱਖੀ ਖੇਤੀ ਨੀਤੀ ਦੇ ਆਧਾਰ ਤੇ ਸਾਡਾ ਇਹ ਮੋਰਚਾ ਲੱਗਿਆ ਸੀ 1 ਤਰੀਕ ਨੂੰ। ਅਸੀਂ ਉਸ ਮਿਸ਼ਨ ਦੇ ਵਿੱਚ ਜੋ ਅਸੀਂ ਕਰਨਾ ਚਾਹੁੰਦੇ ਸੀ ਤਕਰੀਬਨ ਕਾਮਯਾਬ, ਉਸ ਮਿਸ਼ਨ ਨੂੰ ਅਸੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ, ਸਰਕਾਰ ਦੇ ਤੋਂ ਇਹ ਖਵਾਉਣਾ ਵੀ ਅਸੀਂ ਖੇਤੀ ਨੀਤੀ ਤੇ ਤਿਆਰ ਕਰ ਲਈ ਹੈ ਤੇ ਅਸੀਂ ਤੁਹਾਨੂੰ ਖੇਤੀ ਨੀਤੀ ਦੇ ਕੇ ਤੇ ਵਿਚਾਰ ਚਰਚਾ ਤੁਹਾਡੇ ਨਾਲ ਕਰਕੇ ਇਹਨੂੰ ਫਾਈਨਲ ਕਰਾਂਗੇ। ਇਹਦੀ ਖਾਤਰ ਉਹਨਾਂ 30 ਸਤੰਬਰ ਦੀ ਡੇਟ ਲਈ ਹੈ ਤੇ ਅਸੀਂ ਇਹ ਸਮਝਦੇ ਹਾਂ ਵੀ ਜੋ ਸਾਡਾ ਮਨੋਰਥ ਸੀਗਾ, ਭਾਵੇਂ ਉਹਦੇ ਵਿੱਚ 20-22 ਛੋਟੀਆਂ ਛੋਟੀਆਂ ਗੱਲਾਂ ਅਸੀਂ ਮਨਵਾਈਆਂ ਵੀ ਨੇ, ਪਰ ਇਹ ਜੋ ਸਾਡਾ ਵੱਡਾ ਮਨੋਰਥ ਸੀ ਅਸੀਂ ਉਹਨੂੰ ਅੱਗੇ ਵਧਾਉਣ 'ਚ ਕਾਮਯਾਬ। ਉਗਰਾਹਾਂ ਸਾਹਿਬ, ਇੱਕ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਕਹਿੰਦੇ ਨਾ ਕਿ ਕਈ ਵਾਰੀ ਤਾਂ ਅੱਗੋਂ ਭਰੋਸਾ ਮਿਲ ਰਿਹਾ ਹੁੰਦਾ ਪਰ ਆਪਾਂ ਨੂੰ ਉਹਦੇ 'ਚ ਲੱਗ ਰਿਹਾ ਹੁੰਦਾ ਕਿ ਯਾਰ ਗੱਲ ਥੋੜ੍ਹੀ ਜਿਹੀ ਜੱਚ ਨਹੀਂ ਰਹੀ, ਪਰ ਤੁਹਾਨੂੰ ਲੱਗਦਾ ਕਿ ਕੱਲ੍ਹ ਜਿਹੜੀ ਗੱਲ ਹੋਈ ਜੱਚੀ? ਕਿਉਂਕਿ ਇੱਕ ਦੋ ਚੀਜ਼ਾਂ ਕਹਿੰਦੇ ਅਫਸਰਾਂ ਨੇ ਕਿਹਾ ਜੀ ਇਹ ਕੇਂਦਰ ਦੇ ਪਾਲੇ ਦੇ ਵਿੱਚ ਹੈ, ਪਰ ਕਹਿੰਦੇ ਕਿ ਮੁੱਖ ਮੰਤਰੀ ਦਾ ਜਿਸ ਤਰ੍ਹਾਂ ਦਾ ਉੱਥੇ ਸੀ ਕਿ ਨਹੀਂ ਪੰਜਾਬ ਦੇ ਲੈਵਲ 'ਤੇ ਜਿਹੜੀਆਂ ਚੀਜ਼ਾਂ ਅਸੀਂ ਕਰ ਸਕਦੇ ਉਹਨਾਂ ਨੂੰ ਕਰੀਏ, ਤੁਹਾਨੂੰ ਲੱਗਿਆ ਕਿ ਉਸ ਪਾਸੇ ਵੱਲ ਵਧਣਾ ਚਾਹੁੰਦੀ ਹੈ ਸਰਕਾਰ? ਜਿਹੜੀ ਨੀਤੀ ਦੀ ਗੱਲ ਹੋ ਰਹੀ ਹੈ ਜਿਸ ਨੂੰ ਲੈ ਕੇ ਵੱਡਾ ਬੋਰਡ ਮੈਂ ਦੇਖ ਰਿਹਾ ਮੰਚ 'ਤੇ ਲੱਗਾ, ਖੇਤੀ ਨੀਤੀ ਵਾਲੇ ਪਾਸੇ ਤੁਹਾਨੂੰ ਲੱਗਦਾ ਕਿ ਸਰਕਾਰ ਸੁਹਿਰਦ ਹੋ ਕੇ ਅੱਗੇ ਵਧਣਾ ਸ਼ੁਰੂ ਹੋ ਗਈ? ਦੇਖੋ, ਦੋ ਗੱਲਾਂ ਹੁੰਦੀਆਂ ਨੇ, ਇਹ ਤੇ ਖੁਸ਼ ਹੋਣ ਦੀ ਕੋਈ ਗੱਲ ਨਹੀਂ ਵੀ ਸਰਕਾਰ ਨੇ ਇਹ ਖੇਤੀ ਨੀਤੀ ਸਾਡੇ ਮੁਤਾਬਕ ਜਿਹੜੀ ਖੇਤੀ ਨੀਤੀ ਅਸੀਂ ਚਾਹੁੰਦੇ ਹਾਂ ਕਿ ਉਹ ਖੇਤੀ ਨੀਤੀ ਬਣ ਕੇ ਆ ਗਈ, ਸੰਤੁਸ਼ਟੀ ਤਾਂ ਉੱਥੋਂ ਹੋਣੀ ਹੈ ਨਾ ਬਹੁਤੀ। ਅਸੀਂ ਤਾਂ ਇਹਨੂੰ ਕਹਿੰਦੇ ਹਾਂ ਵੀ ਕਰੋ ਘੱਟੋ ਘੱਟ ਇਹ ਗੱਲ ਤਾਂ ਮੰਨ ਗਏ ਵੀ ਖੇਤੀ ਨੀਤੀ ਹੋਣੀ ਚਾਹੀਦੀ ਹੈ, ਇਹ ਗੱਲ ਤਾਂ ਮੰਨ ਗਏ ਵੀ ਖੇਤੀ ਨੀਤੀ ਅਸੀਂ ਬਣਾ ਰਹੇ ਹਾਂ, ਇਹ ਗੱਲ ਵੀ ਮੰਨ ਗਏ ਵੀ ਤੁਹਾਡੇ ਨਾਲ ਮਸ਼ਵਰਾ ਕਰਾਂਗੇ, ਇਹ ਗੱਲਾਂ ਪੋਜ਼ਿਟਿਵ ਨੇ। ਜਿਹੜੀਆਂ ਗੱਲਾਂ ਉੱਥੇ ਪੋਜ਼ਿਟਿਵ ਹੋਈਆਂ ਨੇ ਸੰਤੁਸ਼ਟੀ ਉਹਨਾਂ ਤੋਂ ਹੈ, ਅੱਗੇ ਜਦੋਂ ਇਹ ਬਣ ਵੀ ਜਾਂਦੇ, ਪਰ ਖੇਤੀ ਨੀਤੀ ਫਰਜ਼ ਕਰੋ ਜੇ ਇੰਪਲੀਮੈਂਟ ਨਾ ਹੋਈ ਬਜ਼ਾਰੇ ਤਾਂ ਫਿਰ ਵੀ ਹੋਣਗੇ। ਕਈ ਵਾਰੀ ਹੁਣ ਦੇਖੋ ਕਹਿੰਦੇ ਨੇ MSP ਦੇ ਭਾਅ ਤੇ ਜਲਸਾ ਖਰੀਦਾਂਗੇ, ਝੋਨਾ ਨਹੀਂ ਵਿਕਦਾ, ਸੜਕਾਂ ਫਿਰ ਰੁਕ ਜਾਂਦੀਆਂ ਨੇ, ਕਾਟਨ ਨਹੀਂ ਨਰਮਾ ਨਹੀਂ ਵਿਕਦਾ, ਕਾਟਨ ਕਾਰਪੋਰੇਸ਼ਨ ਮਾਰਕੀਟ 'ਚ ਨਹੀਂ ਆਉਂਦੀ, ਜਿਹੜੀ ਬਹੁਤ ਸਾਰੀਆਂ ਗੱਲਾਂ ਮੰਨ ਕੇ ਵੀ ਇੰਪਲੀਮੈਂਟ ਨਹੀਂ ਜਦੋਂ ਹੁੰਦੀਆਂ, ਅੰਦੋਲਨ ਤਾਂ ਉਦੋਂ ਵੀ ਲੜਨਾ ਪੈਂਦਾ। ਇੱਕ ਚੀਜ਼ ਸਮਝਣੀ ਚਾਹੂੰਗਾ, ਜਿੱਦਾਂ ਮੇਰੇ ਵਰਗੇ ਜਿਹੜੇ ਉਹ ਕਿਸਾਨ ਨੇ ਜਿਨ੍ਹਾਂ ਨੂੰ ਸ਼ਾਇਦ ਬਹੁਤੀ ਸਮਝ ਨਾ ਹੋਵੇ, ਖੇਤੀ ਨੀਤੀ ਦੇ ਵਿੱਚ ਮੁੱਖ ਤੌਰ ਤੇ ਤੁਸੀਂ ਜੇ 5 ਬਿੰਦੂਆਂ ਦੀ ਗੱਲ ਕਰਨਾ ਚਾਹੀਏ, ਕਿਆ 5 ਬਿੰਦੂ ਖੇਤੀ ਨੀਤੀ ਦੇ ਮੁੱਖ ਹਿੱਸੇ ਨੇ? ਇਹਨਾਂ 5 ਬਿੰਦੂਆਂ ਦੇ ਨਾਲ ਕਿਸਾਨਾਂ ਦਾ ਥੋੜਾ ਬਹੁਤਾ ਪਾਰ ਉਤਾਰਾ ਤਾਂ ਹੋਏਗਾ ਕਿ ਕਿਸਾਨ ਨੂੰ ਥੋੜਾ ਜਿਹਾ ਸਾਹ ਆਏਗਾ? ਦੇ ਖੇਤੀ ਨੀਤੀ ਸਾਥੀ ਇਹੋ ਜਿਹੀ ਹੈ, ਖੇਤੀ ਨੀਤੀ ਦੇ ਘੇਰੇ 'ਚ ਮੈਨੂੰ ਲੱਗਦਾ ਵੀ 90% ਲੋਕਾਂ ਦਾ ਕਲਿਆਣ ਹੋਊਗਾ, ਜਿੰਨੇ ਵੀ ਅਨਾਜ ਖਾਂਦੇ ਨੇ ਸਾਰੇ ਉਹਨਾਂ ਦਾ, ਕਿੰਨੇ ਖੇਤ ਮਜ਼ਦੂਰ ਨੇ ਉਹਨਾਂ ਦਾ ਸਾਰਿਆਂ ਦਾ, ਕਿਉਂਕਿ ਜਿਹੜੇ ਵਾਤਾਵਰਨ ਦੇ ਤੋਂ ਪੀੜਿਤ ਨੇ ਲੋਕ ਉਹਨਾਂ ਸਾਰਿਆਂ ਦਾ, ਜਿਹੜੀ ਸਮਾਜ ਦੇ ਬਹੁਤ ਵੱਡੇ ਦਾ। ਹੁਣ ਪਾਣੀ ਦਾ ਸੰਕਟ ਕਿਹਨੂੰ ਨਹੀਂ, ਪਾਣੀ ਦੇ ਜ਼ਹਿਰੀਲਾ ਹੋ ਗਿਆ, ਪਾਣੀ ਡੂੰਘਾ ਚਲਾ ਗਿਆ, ਇਹ ਖੇਤੀ ਨੀਤੀ ਦਾ ਪਾਰਟ ਹੈ। ਪਾਣੀ 'ਤੇ ਤੁਹਾਡੀ ਕੀ ਨੀਤੀ ਹੈ, ਯਾਨੀ ਕਿਹੜਾ ਹਿੱਸਾ ਹੈ ਜਿਹੜਾ ਪਾਣੀ ਨਹੀਂ ਪੀਂਦਾ, ਯਾਨੀ ਖੇਤੀ ਨੀਤੀ ਇਕੱਲੇ ਕਿਸਾਨਾਂ ਮਜ਼ਦੂਰਾਂ ਵਾਸਤੇ ਨਹੀਂ, ਇਹਦਾ ਪ੍ਰਭਾਵ ਵੱਡੇ ਖੇਤਰ 'ਤੇ ਪੈਣਾ। ਹੁਣ ਇਹ ਦੇਖੋ, ਖਾਣ ਵਾਲੀਆਂ ਵਸਤਾਂ ਨੇ, ਅਸੀਂ ਕਹਿੰਦੇ ਇਨਪੁੱਟਸ ਜਿਹੜੇ ਉਹ ਘਟਾਓ, ਇਨਪੁੱਟਸ ਘਟਾਉਣ ਦਾ ਮਤਲਬ ਜਿਹੜੀਆਂ ਖਾਣ ਦੀਆਂ ਵਸਤਾਂ ਨੇ ਸਸਤੀਆਂ ਹੋਣ। ਕਿਹੜਾ ਬੰਦਾ ਵੀ ਜਿਹੜੇ ਖੇਤੀ 'ਚ ਪੈਦਾਵਾਰ ਹੋਣ ਵਾਲੀ ਮੰਡੀ ਮਾਰਕੀਟ ਦੇ ਵਿੱਚ ਸਸਤੀ ਵਿਕੇ ਅਤੇ ਕਿਸਾਨ ਨੂੰ ਮੁਨਾਫਾ ਹੋਏ,
ਇਹ ਗੱਲਾਂ ਨੇ ਜਿਹੜੀਆਂ, ਇਹਦਾ ਘੇਰਾ ਬਹੁਤ ਵੱਡਾ ਹੈ। ਬੁੱਢਾ ਨਾਲਾ ਤੱਕ ਦਾ ਵੀ ਕੱਲ ਜ਼ਿਕਰ ਹੋਇਆ। ਹਾਂ, ਉਹ ਪਾਣੀ ਵਾਲੇ ਮਸਲੇ 'ਚ ਦੇਖੋ, ਬੁੱਢੇ ਨਾਲੇ ਦੇ ਪਾਣੀ ਹੈ ਉਹਦੇ, ਉਹ 'ਚ ਤੇਜ਼ਾਬੀ ਪਾਣੀ ਸੁੱਟ ਰਹੇ ਨੇ। ਇੰਡਸਟਰੀਆਂ, ਟ੍ਰੀਟਮੈਂਟ ਪਲਾਂਟ, ਵਾਟਰ ਟ੍ਰੀਟਮੈਂਟ ਪਲਾਂਟ ਲਾਉਣਾ ਚਾਹੀਦਾ, ਉਹ ਨਹੀਂ ਲਾਉਣੀਆਂ। ਯਾਨੀ ਇਹ ਘੇਰਾ ਖਾਸਾ ਵੱਡਾ ਹੈ ਅਤੇ ਇਹਦਾ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਣਾ। ਇਸ ਕਰਕੇ ਇਹ ਇਹਨੂੰ ਛੋਟੀ ਗੱਲ ਨਹੀਂ, ਅਤੇ ਨਾ ਹੀ ਇੱਕ ਦੋ ਦਿਨਾਂ 'ਚ ਲਾਗੂ ਹੋਣੇ, ਨਾ ਇੱਕ ਦੋ ਮਹੀਨਿਆਂ 'ਚ ਲਾਗੂ ਹੋਣੀ ਹੈ। ਇਹ ਤੇ ਲਾਗੂ ਹੋਣ 'ਤੇ ਵੀ ਟਾਈਮ ਲੱਗਣਾ, ਇਹਨੂੰ ਬਣਵਾਉਣ 'ਤੇ ਵੀ ਟਾਈਮ ਲੱਗਣਾ। ਹੁਣ ਅੱਗੇ ਰਣਨੀਤੀ ਤੁਹਾਡੀ ਕੀ ਰਹਿਣ ਵਾਲੀ ਹੈ? 30 ਸਤੰਬਰ ਤੱਕ ਦਾ ਜਿਵੇਂ ਸਮਾਂ ਦਿੱਤਾ ਗਿਆ, ਤਾਂ ਹੁਣ ਸਰਕਾਰ ਵੱਲ ਕਦੋਂ ਤੱਕ ਦੇਖਣਾ ਅਤੇ ਉਸ ਤੋਂ ਬਾਅਦ ਸਰਕਾਰ ਨੂੰ ਕੀ ਸੁਨੇਹਾ? ਅੱਜ ਅਸੀਂ ਇਹਨੂੰ ਐਲਾਨ ਕਰ ਦਾਂਗੇ, 2 ਵਜੇ ਖਤਮ ਕਰ ਦਾਂਗੇ ਇੱਥੋਂ, ਅਤੇ ਫਿਰ ਅਸੀਂ 30 ਤਰੀਕ ਤੋਂ ਤੱਕ ਤਾਂ ਸਾਨੂੰ ਉਡੀਕਣਾ ਪੈਣਾ ਸਰਕਾਰ ਨੂੰ, ਕਿਉਂਕਿ ਉਹਨਾਂ ਦਾ ਟਾਈਮ ਲਿਆ ਹੋਇਆ। ਉਸ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਅਗਲੇ ਐਕਸ਼ਨ ਪ੍ਰੋਗਰਾਮ ਲਾ ਲਾਂਗੇ। ਯਾਨੀ 30 ਸਤੰਬਰ ਤੱਕ ਜਿਹੜਾ 1600 ਪੰਨੇ ਦੀ ਖੇਤੀ ਨੀਤੀ ਹੈ ਉਹ ਅਗਰ ਤਾਂ ਤੁਹਾਡੇ ਸਾਹਮਣੇ ਆ ਜਾਂਦੀ ਹੈ ਤਾਂ ਫਿਰ ਤਾਂ ਤੁਹਾਡੀ ਇੱਕ ਵਾਰੀ ਸੰਤੁਸ਼ਟੀ ਹੈ, ਫਿਰ ਅੱਗੇ ਤੁਸੀਂ ਨੀਤੀ ਨੂੰ ਪੜ੍ਹਨ ਤੋਂ ਬਾਅਦ ਅੱਗੇ ਗੱਲ ਕਰੋਗੇ? ਨਹੀਂ, ਸੰਤੁਸ਼ਟੀ ਹੈ ਕਿ ਨਹੀਂ ਹੈ ਉਹ ਵੀ ਉਹ ਤੋਂ ਬਾਅਦ ਪਤਾ ਲੱਗਣਾ। ਸੰਤੁਸ਼ਟੀ ਹੈ ਨਹੀਂ ਵੀ ਉਹਨਾਂ ਨੇ ਜੋ ਕੁਛ ਮਰਜ਼ੀ ਲਿਖ ਕੇ ਸਾਡੀ ਪੰਡ ਸਾਨੂੰ ਫੜਾਤੀ ਅਸੀਂ ਸੰਤੁਸ਼ਟ ਹੋ ਜਾਵਾਂਗੇ, ਇਹ ਗੱਲ ਨਹੀਂ। ਜਦੋਂ ਸਾਡੇ ਕੋਲ ਖਰੜਾ ਆ ਗਿਆ ਫਿਰ ਹੀ ਸਾਡੇ ਕੋਲ ਰਾਹ ਖੁੱਲੂਗਾ, ਉਹਦੇ ਬਾਰੇ ਰਿਵਿਊ ਕਰੋਗੇ ਉਹਨੂੰ ਪੂਰਾ, ਫਿਰ ਦੇਖਾਂਗੇ। ਤਾਂ ਜੋਗਿੰਦਰ ਸਿੰਘ ਉਗਰਾਹਾਂ ਹੋਣੀ ਵੱਡੇ ਕਿਸਾਨ ਆਗੂ ਨੇ, ਕਿਸਾਨੀ ਸੰਘਰਸ਼ ਦਾ ਇੱਕ ਵੱਡਾ ਚਿਹਰਾ ਨੇ। ਤਾਂ ਕਹਿੰਦੇ ਨੇ ਜੀ ਇੱਕ ਵਾਰ ਮਨੋਰਥ ਪੂਰਾ ਹੁੰਦਾ ਜ਼ਰੂਰ ਨਜ਼ਰ ਆਇਆ ਕਿ ਜਦੋਂ ਸਰਕਾਰ ਤੁਹਾਡੇ ਨਾਲ ਗੱਲਬਾਤ ਕਰਨ ਆ ਜਾਵੇ, ਮੁੱਖ ਮੰਤਰੀ ਤੁਹਾਡੇ ਨਾਲ ਪੋਜ਼ਿਟਿਵ ਮਾਹੌਲ 'ਚ, ਹਾਂ ਪੱਕੀ ਮਾਹੌਲ ਦੇ ਵਿੱਚ ਜਦੋਂ ਤੁਹਾਡੇ ਨਾਲ ਮੀਟਿੰਗ ਕਰਨ, ਤਾਂ ਕਹਿੰਦੇ ਨੇ ਕਿ ਇੱਕ ਆਸ ਜ਼ਰੂਰ ਜਾਗੀ ਹੈ ਅੱਗੇ ਜ਼ਰੂਰ ਗੱਲ ਵਧੀ ਹੈ। ਪਰ ਹੁਣ 30 ਸਤੰਬਰ ਤੱਕ ਦਾ ਸਮਾਂ ਸਰਕਾਰ ਨੂੰ ਫਿਰ ਦਿੱਤਾ ਹੈ ਕਿ 30 ਸਤੰਬਰ ਤੱਕ ਤੁਹਾਡੀ ਪ੍ਰਣਾਲੀ ਜਿਹੜੀ ਖੇਤੀ ਨੀਤੀ ਹੈ ਉਹਦਾ ਖਰੜਾ ਜੋ ਤੁਸੀਂ ਸਾਹਮਣੇ ਰੱਖੋਗੇ ਉਹਦਾ ਰਿਵਿਊ ਹੋਏਗਾ ਕਿ ਉਹਦੇ ਵਿੱਚ ਕਿੰਨੀਆਂ ਚੀਜ਼ਾਂ ਠੀਕ ਨੇ, ਕਿੰਨੀਆਂ ਚੀਜ਼ਾਂ ਦੇ ਬਦਲਣ ਦੀ ਲੋੜ ਆ। ਉਸ ਤੋਂ ਬਾਅਦ ਕਿਸਾਨ ਅੱਗੇ ਦਾ ਰਸਤਾ ਅਖਤਿਆਰ ਕਰਨਗੇ। ਪਰ ਫਿਲਹਾਲ ਕਹਿੰਦੇ ਨੇ ਕਿ ਖੇਤੀ ਨੀਤੀ ਦੀ ਗੱਲ ਤਾਂ ਤੁਰੀ, ਸੋ ਇੱਕ ਹਾਂ ਪੱਖੀ ਮਾਹੌਲ ਦੇ ਵਿੱਚ ਚੰਡੀਗੜ੍ਹ ਤੋਂ ਵਾਪਸ ਪੰਜਾਬ ਵੱਲ ਰਵਾਨਾ ਹੋਣ ਦੀ ਤਿਆਰੀ ਦੇ ਵਿੱਚ ਨੇ ਕਿਸਾਨ।